असलम जी मैं थोड़ा तो मेजबान सुहेल अहमद भट्टी और मेरे नाल मोहतरम हाफज अब्दुल खालक भट्टी साहब ने अज आप साहब मेरे को आए मैं आप सब को एक सवाल पूछे जी कि हुसैन मेरी मां ना मेरे नाल हुसैन अक्सर हदीस जी सा अहले हदीस जड़े शयूख ने ओला माँ ने वो भी सुनाते हैं तो मैं सोचता रिहार हुसैन रजी अल्लाह तला नस्बत ज़ाहिर हो रही है कि अल्लाह के अल्ला नबी तू हुसैन ने ਲੇਕਿਨ ਬੈਕ ਜਿਹੜੀ ਵੱਜਦੀ ਏ ਉਹਦਾ ਨਹੀਂ ਸੀ ਸਮਝ ਆਂਦੀ ਉਹ ਮੈਂ ਇੱਕ ਦੋ ਵੈਸੇ ਇੱਕ ਦੋ ਦੋਸਤਾਂ ਕੋਲੋਂ ਵੀ ਪੁੱਛਿਆ ਕਿ ਯਾਰ ਹੁਸੈਨ ਵੀ ਚੋਲਾ ਦੇ ਨਬੀ ਕਿਸਾ ਤੇ ਉਹ ਜੀ ਉਹਨਾਂ ਨੇ ਫਿਰ ਉਹ ਕਈ ਉਲਾਮਾ ਨੇ ਬੜੀ ਵੱਡੀ ਗਲਤੀ ਕੀਤੀ ਇਥੇ ਉਹ ਉਹਨਾਂ ਦਾ ਹਵਾਲਾ ਦਿੰਦੇ ਹਾਂ ਜੀ ਅਸਲ ਚ ਹੁਸੈਨ ਦੇ ਵਿੱਚੋਂ ਤੇ ਅੱਲਾ ਦੇ ਨਬੀ ਨਹੀਂ ਹੋ ਸਕਦੇ ਅਸਲ ਦੇ ਅੰਦਰ ਅੱਲਾ ਦੇ ਨਬੀ ਹੁਸੈਨੀ ਸਾ ਠੀਕ ਹੈ ਤੇ ਅੱਲਾ ਤਾਲਾ ਜਜ਼ਾਇ ਖੈਰ ਦੇ ਆਪ ਸਾਹਿਬ ਨੂੰ ਇਹਨਾਂ ਨੇ ਇੱਕ ਹਦੀਸ ਜਿਹੜੀ ਉਹ ਮੈਨੂੰ ਦਿਖਾਈਏ

प्यारे दोस्तों भाइयों तुसी बड़ी हदीस सुनी होएगी हुसैन उमिनी व अना मिन अल हुसैन इन्नी कसरत ਨਾਲ ਹਦੀਸ ਸੁਣੀ ਹੋएगी ਇੰਨੀ ਕਸਰਤ ਨਾਲ ਇਹਲੇ ਹਦੀਸ علماء ਖੁਤਬਾ ਸਟੇਜਾਂ ਦੇ ਉੱਤੇ ਵੱਡੇ ਵੱਡੇ ਬੈਨਰ हुसैन उमिनी व अना मिन अल हुसैन ਰਵਾਫਜ਼ ਤੇ شیعਾ ਤੇ ਚਲੋ ਇਸ ਦੇ ਅੰਦਰ ਗਲੂਬ ਕਰਦੇ ਹੀ ਕਰਦੇ ਨੇ ਸਾਡੇ ਉਲਾਮਾ ਵੀ ਔਰ ਲੋਕ ਇਹ ਸਮਝਦੇ ਨੇ ਸਹਿਲ ਸਾਹਿਬ ਕਿ ਹੁਸੈਨ ਉਹ ਮਿੰਨੀ ਵਾਨਾ ਮਿਨਲ ਹੁਸੈਨ ਜਿਹੜਾ ਹੈ ਇਹ ਸਿਰਫ ਹਜ਼ਰਤ ਹੁਸੈਨ ਵਾਸਤੇ ਸਿਰਫ ਖਾਸ ਫਜ਼ੀਲਤ ਹੈ ਯਾ ਕਈ ਲੋਕ ਇਹ ਸਮਝਦੇ ਨੇ ਕਿ ਸ਼ਾਇਦ ਉਹਨਾਂ ਚੋਂ ਉਹਨਾਂ ਦੀ ਨਸਲ ਵਿੱਚੋਂ ਸਾ ਨਸਲ ਵਿੱਚ ਉਹਨਾਂ ਦੀ ਨਸਲ ਚੋਂ ਹਾਂ ਤੇ ਇਹ ਨਸਲ ਦੀ ਫਜ਼ੀਲਤ ਵਾਜ਼ੇ ਕਰ ਰਹੀ ਹੈ ਅਸੀਂ ਖੁਦ ਹੁਣ ਤੱਕ ਇਹੀ ਸੋਚਦੇ ਠੀਕ ਹੈ ਜੀ ਲੋ ਜੀ ਹੁਣ ਹਦੀਸ ਤੁਹਾਨੂੰ ਪੇਸ਼ ਕਰੀਏ ਐ ਇਹ ਬੁਖਾਰੀ ਸ਼ਰੀਫ ਦੀ ਹਦੀਸ ਹੈ ਮਕਤਬਾ ਕੁਦੂਸੀਆ 8 ਜਿਲਦਾਂ ਚ مولانا ਦੌਦ ਰਾਹ ਸਾਹਿਬ ਦੀ ਇਹ ਸ਼ਰਾ ਛਪੀ ਹੈ ਤੇ ਬੜੀ ਅੱਛੀ ਸ਼ਰਾ ਹੈ ਇਹਦੀ ਜਿਲਦ ਨੰਬਰ 3 ਐ ਜਰਾ ਸੇਲ ਸਾਹਿਬ ਉਹ ਜਰਾ ਹਵਾਲਾ ਕੱਢੋ ਕਿਤਾਬੋ ਸ਼ਿਰਕਾ ਦੇ ਵਿੱਚ ਜ਼ਬਰਦਸਤ ਐਸੀ ਹਦੀਸ ਹੈ ਹਕੀਕਤ ਹੈ ਕਿ ਤੁਸੀਂ ਐਸੇ ਉਹ ਉlema ਆਹਾਂ ਦੇਖਿਆ ਕਿ ਕੁਜਰਾਂ ਵਾਲੇ ਦੇ ਅੰਦਰ ਮੈਂ ਹੁਣ ਮੌਲਵੀ ਦਾ ਨਾਮ ਨਹੀਂ ਲੈਣਾ ਉਹ ਮੌਲਵੀ ਨੂੰ ਪਤਾ ਨਹੀਂ ਮਨਾਜ਼ਰ ਕਿੰਨੇ ਬਣਾ ਦਿੱਤਾ ਹੈ ਮਿਰਜ਼ਾ ਜੇਲਮੀ ਤੇ ਸਹਾਕ ਝਾਲਵੀ ਦੀ ਹੁਣ ਨਾ ਉਹ ਪੈਰਾਂ ਦੇ ਉੱਤੇ ਪੈਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਨੇ ਮਸਲਕ ਅਹਲੇ ਹਦੀਸ ਦੇ ਅੰਦਰ ਆਪਣੀ ਕਮ ਇਲਮੀ ਦੀ وجہ ਤੋਂ ਇੰਨਾ ਕੋ ਤਫਰਕਾ ਪਾ ਦਿੱਤਾ ਹਸੈਨੀ ਤੇ ਯਜ਼ੀਦੀ ਦੀ ਤਕਸੀਮ ਕਰ ਦਿੱਤੀ ਔਰ ਹੁਸੈਨ ਨੂੰ ਮਿਨੀ ਵਾ ਨਾ ਮਨਲ ਹੁਸੈਨ ਦੇ ਹਵਾਲੇ ਨਾਲ ਹੀ ਉਹਨੇ ਇਹ ਤਫਰੀਕ ਕੱਢੀ ਸੀ ਕਹਿੰਦਾ ਜੀ ਕਿ ਅੱਲਾ ਦੇ ਰਸੂਲ ਜਿਹੜੇ ਨੇ ਜੀ ਉਹ ਹੁਸੈਨੀ ਸਾ ਕਿਉਂਕਿ ਆਪਨੇ ਕਿਹਾ ਮੈਂ ਹੁਸੈਨ ਵਿਚ ਹਾਂ ਮੇਰਾ ਉਹਦੇ ਕੋਲੋਂ ਸਵਾਲ ਹੈ ਉਸ ਮਨਾਜ਼ਰ ਕੋਲੋਂ ਗੁਜਰਾ ਵਾਲੇ ਦੇ ਮੌਲਵੀ ਕੋਲੋਂ ਮੇਰਾ ਸਵਾਲ ਹੈ ਅਗਰ ਇਸ ਤਰ੍ਹਾਂ ਅਗਰ ਅੱਲਾ ਦੇ ਰਸੂਲ ਹੁਸੈਨੀ ਬਣਦੇ ਨੇ ਕਿ ਜੀ ਹੁਸੈਨ ਤੂੰ ਮੈਂ ਵਾਂ ਤੇ ਮੇਰੇ ਚ ਹੁਸੈਨ ਨੇ ਤੇ ਫਿਰ ਇਹ ਵੀ ਹਦੀਸ ਜ਼ਰਾ ਵੇਖ ਲੈ ਇਹ ਵੀ ਹਦੀਸ ਸੁਣ ਕਿਤਾਬੁਲ ਇਹ ਜੀ ਕਿਤਾਬ ਜਿਹੜੀ ਸ਼ਰਾਕਤ ਦਾ ਬਿਆਨ ਹੈ ਕਿਤਾਬੁ ਸ਼ਿਰਕਾ ਬਾਬੇ ਬੁਖਾਰੀ شریف ਦਾ ਹਦੀਸ ਦਾ ਨੰਬਰ 2486 ਹੈ ਤੇ ਅੱਲਾ ਦੇ ਰਸੂਲ ਕੀ ਫਰਮਾਂਦੇ ਨੇ Hazrat Abu Musa Ashari رضی اللہ تعالی عنہ ਇਸ ਹਦੀਸ ਦੇ ਰਾਹੀਂ ਨੇ ਕਹਿੰਦੇ ਨੇ ਕਿ ਜਦੋਂ ਅਸ਼ਰੀ ਕਬੀਲਾ ਦੇ ਲੋਕ ਜਿਹਾਦ ਤੇ ਜਾਂਦੇ ਤੇ ਜਾਂ ਉਸ ਟਾਈਮ ਮਾਲ ਖਾਣੇ ਦਾ ਘਟ ਜਾਂਦਾ ਜਾਂ ਮਦੀਨੇ ਦੇ ਵਿੱਚ ਰਹਿੰਦੇ ਹੋયા ਉਸ ਕਬੀਲੇ ਵਿੱਚ ਕਿਸੇ ਬੰਦੇ ਦੇ ਵਿੱਚ ਕੋਈ ਗੁਰਬਤ ਆ ਜਾਂਦੀ ਉਹਨਾਂ ਦੇ ਬੱਚਿਆਂ ਕੋਲ ਖਾਣ ਪੀਣ ਦੀ ਕੋਈ ਸ਼ੈ ਨਹੀਂ ਸੀ ਹੁੰਦੀ ਤੇ ਅਸ਼ਰੀ ਕਬੀਲੇ ਦੀ ਖਸੀਅਤ ਸੀ ਇਹ ਆਪਣੇ ਅਮੀਰ ਵੱਡਿਆਂ ਮਾੜਿਆਂ ਸਾਰਿਆਂ ਦਾ ਖਾਣਾ ਇਕੱਠਾ ਕਰਕੇ ਇੱਕ ਜਗ੍ਹਾ 'ਚ ਤੇ ਉਹਨੂੰ ਫਿਰ ਬਰਾਬਰ ਇੱਕ ਬਰਤਨ ਦੇ ਨਾਲ ਬਰਾਬਰ ਤਕਸੀਮ ਕਰ ਦਿੰਦੇ ਅਮੀਰ ਗਰੀਬ ਸਭ ਇੱਕ ਲੈਵਲ 'ਤੇ ਹੋ ਜਾਂਦੇ ਅੱਲਾ ਦੇ ਰਸੂਲ ਨੂੰ ਉਹਨਾਂ ਦੀ ਇਹ ਸਿਫਤ ਇਹ ਖੂਬੀ ਇੰਨੀ achi ਲਗੀ ਆਪਨੇ ਫਰਮਾਇਆ ਫਹੂਮ ਮਿਨਨੀ ਐ ਹੁਣ ਸਾਰੇ ਉਹ ਗ੍ਰਾਮਰ ਵਾਲੇ ਜਿਹੜੇ ਮੁਨਾਜ਼ਰ ਸਾਹਿਬ ਸਾਨਾ ਉਹ ਵੀ ਜਰਾ ਸੁਣ ਲੈਣ ਫਹੂਮ ਮਿਨਨੀ ਵ ਅਨਾ ਮਿਨਹਮ ਇਹ ਸਾਰੇ ਅਸ਼ਰਕ ਕਬੀਲੇ ਵਾਲੇ ਜਿਹੜੇ ਨੇ ਇਹ ਮੇਰੇ ਤੋਂ ਨੇ ਮਿਨਨੀ ਮੁਜਹ ਸੇ ਹੈ ਇਹ ਸਾਰੇ ਅਸ਼ਰਕ ਕਬੀਲਾ ਅਸ਼ਹਰੀ ਇਹ ਮੇਰੇ ਤੋਂ ਨੇ ਤੇ ਮੈਂ ਇਨਾਂ ਵਿੱਚੋਂ ਆ ਲੋ ਜੀ ਸੇਲ ਸਾਹਿਬ ਇਹ ਜਿਹੜੀ ਹਦੀਸ ਜਿਹਦਾ ਹਵਾਲਾ ਵੀ ਦੇ ਦਿੱਤਾ ਜੀ ਕਿ ਅੱਲਾ ਦੇ ਰਸੂਲ ਕਹ ਰਹੇ ਨੇ ਮੈਂ ਅਸ਼ੈਰੀ ਕਬੀਲੇ ਚੋਂ ਆ ਹੁਣ ਉਹ ਮੁਨਾਜ਼ਰ ਸਾਹਿਬ ਨੇ ਜਿਹੜੀ ਉਹ ਗੱਲ ਕੱਢੀ ਸੀ ਕਿ ਅੱਲਾ ਦੇ ਰਸੂਲ ਫਰਮਾਉਂਦੇ ਨੇ ਮੈਂ ਹਸੈਨ ਚੋਂ ਆ ਤੇ ਫਿਰ ਉਹ ਵੀ ਹਸੈਨੀ ਫਿਰ ਇਸਰਾ ਤੇ ਦਾ ਮਤਲਬ ਇਹ ਅੱਲਾ ਦੇ ਰਸੂਲ ਅਸ਼ਰੀ ਵੀ ਹੋ ਗਏ ਇਹਦਾ ਮਤਲਬ ਇਹ ਵੇ ਇਸ ਹਦੀਸ ਤੋਂ ਇਹ ਸਮਝ ਲੱਗੀ ਹਸੈਨ ਉਮੀਨੀ ਮਾਨਾ ਮਨਲ ਹਸੈਨ ਦੇ ਵਿੱਚ नस्बी फजीलत नहीं हैगी इस, इस हदीस तो मुराद नस्बी तलक वाला चक्कर नहीं है ये वैसे ही एक उन्होंने फजीलत बयान की थी और इसे तरह ही जिमें हजरत हुसैन की की फजीलत हो जी अल्लाह के रसूल ने अशारी कबीले की भी फजीलत बयान की मोहतरम दोस्तों भाई मुतसर जी वीडियो अंदर तो सी के अंदर आह दोस्तान समझासी कि जरा रुआफज ਹਮਾਇਤ ਵਿੱਚ ਆ ਕੇ ਤੇ ਇਹ ਜਿਹੜਾ ਲੋਕ ਉਹਨਾਂ ਦੇ ਨਾ ਗਲੂਬ ਨੂੰ ਤਕਵੀਅਤ ਦੇ ਰਹੇ ਨੇ ਸਾਡੇ ਉਲਮਾ ਹੀ ਦੇ ਰਹੇ ਨੇ ਨਾ ਇਹ ਉਹਨਾਂ ਦੇ ਸਹੂਲਤਕਾਰ ਬਣੇ ਹੋਏ ਨੇ ਨਾ ਇਸ ਹਦੀਸ ਦੇ ਵਿੱਚੋਂ ਕਿੱਥੇ ਮਤਲਬ ਕੱਢ ਲਿਆ ਹੋਰ ਇਹ ਹਦੀਸਾਂ ਨੂੰ ਪਾੜ ਕੇ ਰੱਖ ਦਿੱਤਾ ਔਰ ਅੱਜ ਵੀ ਮਸਲਾ ਬਣਿਆ ਸਾਡੇ ਲੋਕਾਂ ਵਾਸਤੇ ਸਾਡੀ ਹੁਣ ਬਜਾਏ ਕਿ ਕਿਸੇ ਰਵਾਫੇ ਸ਼ੀਆ ਨਾ ਬਹਿਸ ਹੋਵੇ ਸੇਲ ਸਾਹਿਬ ਸਾਡੀ ਬਹਿਸ ਆਪਣਿਆਂ ਨਾਲ ਹੀ ਹੁੰਦੀ ਰਹਿੰਦੀ ਏ ਐਸਾ ਮਸਲਾ ਖੜਾ ਕਰ ਦਿੱਤਾ ਇਹਨਾਂ ਜ਼ਾਲਮਾਂ ਨੇ ਨਾ ਕੋਈ ਉਹ ਆਂਦੇ ਨੇ ਕੀ ਪਾ ਨਹੀਂ ਪੜਿਆ ਉਹ ਕੀ ਹਮਾਵਰਾ ਏ ਕਿ ਪਤਾ ਹੈ ਕੋ ਨਹੀਂ ਕੋਈ ਇਲਮ ਦਾ ਕੋਈ ਮਨਾਜ਼ਰ ਪਤਾ ਨਹੀਂ ਕਿਸ ਤਰ੍ਹਾਂ ਬਣ ਜਾਂਦੇ ਨੇ ਤੇ ਆਪਣੇ عوام ਦੇ ਅੰਦਰ ਜਿਹੜਾ ਨਾ ਤਫਰਕਾ ਬਾਜ਼ੀ ਪੈ ਦਿੰਦੇ ਨੇ ਅੱਲਾਹ ਕੋਲੋਂ ਦੁਆ ਹੈ ਅੱਲਾਹ ਰੱਬুল ਇਜ਼ਤ ਜਿਹੜੇ ਸਾਨੂੰ ਸਹੀ ਕੁਰਾਨ ਔਰ ਹਦੀਸ ਦੇ ਮੁਤਾਬਕ ਫਹਿਮ ਦੀ ਤੋਫੀਕਤਾ ਆ ਫਰਮਾਏ ਵਾ ਅਖਿਰੁ ਦਾਵਾਨਾ ਅਨ ਅਲ ਹਮਦੁ ਲਿਲਾਹੀ ਰੱਬਿਲ ਆਲਮ